ਸਤਿ ਸ੍ਰੀ ਅਕਾਲ ਜੀ, ਮੈਂ ਦਿਲਮੋਹਨਜੀਤ ਸਿੰਘ ਕੀਟੋ ਪੰਜਾਬੀ ਚੈਨਲ ਵੱਲੋਂ ਆਪ ਸਭ ਦਾ ਸਵਾਗਤ ਕਰਦਾ ਜੀ। ਜੇ ਅਜੇ ਤੱਕ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਇਹਨੂੰ ਜਲਦ ਤੋਂ ਜਲਦ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਦਾ ਬਟਨ ਵੀ ਆਲ ਦੇ ਉੱਤੇ ਸੈੱਟ ਕਰ ਲਵੋ ਤਾਂ ਜੋ ਤੁਸੀਂ ਮੇਰੇ ਵੀਡੀਓਜ਼ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਪਾ ਸਕੋ ਅਤੇ ਉਹਨਾਂ ਦਾ ਭਰਪੂਰ ਫਾਇਦਾ ਵੀ ਚੱਕ ਸਕੋ। ਸੋ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਬਹੁਤ ਸਾਰੇ ਦੋਸਤ ਕੀਟੋ ਡਾਈਟ ਸ਼ੁਰੂ ਕਰ ਚੁੱਕੇ ਆ, ਕੀਟੋ ਲਾਈਫ ਸਟਾਈਲ ਨੂੰ ਅਪਣਾ ਚੁੱਕੇ ਆ ਅਤੇ ਉਹ ਇਸ ਦਾ ਫਾਇਦਾ ਵੀ ਲੈ ਚੁੱਕੇ ਨੇ। ਅੱਜ ਮੈਂ ਤੁਹਾਡੇ ਨਾਲ ਕੁਝ ਗੱਲਾਂ ਸ਼ੇਅਰ ਕਰੂੰਗਾ ਜੇ ਤੁਸੀਂ ਵੀ ਪਲਾਨ ਕਰ ਰਹੇ ਹੋ ਕੀਟੋ ਡਾਈਟ ਨੂੰ ਸ਼ੁਰੂ ਕਰਨ ਵਾਸਤੇ ਜਾਂ ਤੁਸੀਂ ਕੀਟੋ ਡਾਈਟ ਸ਼ੁਰੂ ਕਰ ਚੁੱਕੇ ਹੋ ਕਿ ਕਿਵੇਂ ਸਾਨੂੰ ਪਤਾ ਲੱਗੇਗਾ ਕਿ ਅਸੀਂ ਕੀਟੋ ਡਾਈਟ ਨੂੰ ਸਹੀ ਤਰੀਕੇ ਨਾਲ ਕਰ ਰਹੇ ਹਾਂ। ਵੀ ਅਸੀਂ ਜੋ ਵੀ ਪ੍ਰਪੋਰਸ਼ਨਸ ਖਾ ਰਹੇ ਹਾਂ, ਜਿਹੜੇ ਵੀ ਫੂਡਸ ਅਸੀਂ ਖਾ ਰਹੇ ਹਾਂ, ਉਹ ਸਾਨੂੰ ਕਿਵੇਂ ਪਤਾ ਲੱਗੂਗਾ, ਕੀ ਸਿੰਪਟਮਸ ਸਾਡੀ ਬਾਡੀ ਦਿਖਾਵੇਗੀ, ਕੀ ਸਾਈਨਸ ਸਾਡੀ ਬਾਡੀ ਦੱਸੇਗੀ ਕਿ ਅਸੀਂ ਬਿਲਕੁਲ ਰਾਈਟ ਟਰੈਕ ਦੇ ਉੱਤੇ ਜਾ ਰਹੇ ਹਾਂ, ਠੀਕ ਹੈ। ਸੋ ਉਹ ਕੁਝ ਸਾਈਨਸ ਹੈਗੇ ਆ, ਜਿਵੇਂ 6-7 ਚੀਜ਼ਾਂ ਹੈਗੀਆਂ ਜੋ ਕਿ ਸਾਡਾ ਸਰੀਰ ਸਾਨੂੰ ਦੱਸਦਾ ਕਿ ਅਸੀਂ ਬਿਲਕੁਲ ਸਹੀ ਤਰੀਕੇ ਨਾਲ ਕੀਟੋ ਡਾਈਟ ਨੂੰ ਫੋਲੋ ਕਰ ਰਹੇ ਹਾਂ। ਸੋ ਜੀ, ਜਾਣ ਲੈਂਦੇ ਹੋ ਕਿਹੜੇ ਕਿਹੜੇ ਸਾਈਨ ਹੈਗੇ ਆ ਜਿਹੜੀ ਸਾਡੀ ਬਾਡੀ ਸਾਨੂੰ ਸ਼ੋਅ ਕਰੇਗੀ ਜਦੋਂ ਅਸੀਂ ਕੀਟੋ ਡਾਈਟ ਸਹੀ ਤਰੀਕੇ ਨਾਲ ਸ਼ੁਰੂ ਕਰਾਂਗੇ। ਸਭ ਤੋਂ ਪਹਿਲਾ ਸਾਈਨ ਹੈਗਾ ਜੀ ਕੀਟੋ ਫਲੂ। ਜਦੋਂ ਅਸੀਂ ਕੀਟੋ ਡਾਈਟ ਨੂੰ ਸ਼ੁਰੂ ਕਰਦੇ ਹਾਂ ਤਾਂ ਕੁਛ ਕੁ ਦਿਨ ਬਾਅਦ, 4-5 ਦਿਨ ਜਾਂ ਕਿਸੇ ਨੂੰ 2 ਦਿਨ ਬਾਅਦ ਵੀ ਕੀਟੋ ਫਲੂ ਹੁੰਦਾ ਹੈ। ਇਹ ਕੀਟੋ ਫਲੂ ਕੀ ਹੁੰਦਾ ਹੈ? ਬੇਸਿਕਲੀ ਇਹ ਇੱਕ ਸਿੰਪਟਮ ਹੁੰਦਾ, ਇਹ ਇੱਦਾਂ ਨਹੀਂ ਹੁੰਦਾ ਕਿ ਤੁਹਾਡਾ ਨੱਕ ਵਗੂਗਾ ਜਾਂ ਤੁਹਾਨੂੰ ਛਿੱਕਾਂ ਜਾਂ ਜ਼ੁਕਾਮ, ਇਹ ਉਹ ਵਾਲਾ ਫਲੂ ਨਹੀਂ ਗਾ। ਇਹ ਉਹ ਵਾਲਾ ਫਲੂ ਆ ਕਿ ਸਾਨੂੰ ਸੁਸਤੀ ਮਹਿਸੂਸ ਹੋਵੇਗੀ, ਸਾਨੂੰ ਸਿਰ ਦੇ ਵਿੱਚ ਭਾਰੀਪਨ ਮਹਿਸੂਸ ਹੋਵੇਗਾ, ਇੱਦਾਂ ਲੱਗੇਗਾ ਕਿ ਮੇਰਾ ਸਿਰ ਦਰਦ ਹੋ ਰਿਹਾ, ਠੀਕ ਹੈ। ਸੋ ਜਾਂ ਫਿਰ ਜਿਵੇਂ ਕੁਛ ਕੜੱਲਾਂ ਜਾਂ ਸਾਡਾ ਮਸਲ ਦੇ ਵਿੱਚ ਖਿੱਚ ਪੈਂਦੀ ਹੁੰਦੀ ਹੈ ਨਾ, ਕੜੱਲਾਂ ਚੜ੍ਹਦੀਆਂ ਹੁੰਦੀਆਂ ਜਾਂ ਇਹੋ ਜਿਹੇ ਸਿੰਪਟਮ ਆਉਂਦੇ ਆ ਕੀਟੋ ਫਲੂ ਦੇ ਵਿੱਚ, ਠੀਕ ਆ। ਅਤੇ ਸੁਸਤੀ ਆਉਂਦੀ ਹੈ ਸਾਨੂੰ, ਐਂ ਲੱਗਦਾ ਵੀ ਮੈਂ ਸੌਂ ਜਾਵਾਂ। ਸੋ ਉਹ ਜਿਹੜਾ ਕੀਟੋ ਫਲੂ ਹੁੰਦਾ ਗਾ, ਬੇਸਿਕਲੀ ਇਹੋ ਜਿਹੇ ਸਿੰਪਟਮ ਆਉਂਦੇ ਆ ਇਹਦੇ ਵਿੱਚ, ਇਹ ਗੁੱਡ ਸਿੰਪਟਮ ਹੁੰਦੇ ਆ, ਇਹ ਹੋਣਾ ਜ਼ਰੂਰੀ ਹੁੰਦਾ ਗਾ, ਤਾਂ ਕਰਕੇ ਸਾਨੂੰ ਇਹਦਾ ਪਤਾ ਲੱਗਦਾ ਕਿ ਅਸੀਂ ਕੀਟੋ ਡਾਈਟ ਨੂੰ ਸਹੀ ਤਰੀਕੇ ਨਾਲ ਫੋਲੋ ਕਰ ਰਹੇ ਹਾਂ। ਮੈਂ ਕੀਟੋ ਫਲੂ ਬਾਰੇ ਇੱਕ ਸਪੈਸ਼ਲ ਵੀਡੀਓ ਬਣਾ ਚੁੱਕਾ, ਉਹ ਤੁਸੀਂ ਇੱਥੇ ਉੱਪਰ ਆਈ ਬਟਨ ਦੇ ਉੱਤੇ ਥੱਲੇ ਮੈਂ ਡਿਸਕ੍ਰਿਪਸ਼ਨ 'ਚ ਲਿੰਕ ਵੀ ਦਿੱਤਾ ਹੋਇਆ, ਉੱਥੇ ਜਾ ਕੇ ਤੁਸੀਂ ਕੀਟੋ ਫਲੂ ਦੇ ਸਾਰੇ ਪ੍ਰੋਪਰ ਸਿੰਪਟਮਸ ਉੱਥੇ ਜਾ ਕੇ ਦੇਖ ਸਕਦੇ ਆ। ਸੋ ਇਹ ਜਿਹੜਾ ਕੀਟੋ ਫਲੂ ਆ, ਇਹ ਹੋਣਾ ਬਹੁਤ ਜ਼ਰੂਰੀ ਹੁੰਦਾ। ਸੋ ਇਸ ਟਾਈਮ ਕੀਟੋ ਫਲੂ ਦੇ ਦੌਰਾਨ ਇਹ ਸਾਨੂੰ ਹੁੰਦਾ ਕਿਉਂ ਆ? ਜਿੱਦਾਂ ਕਿ ਅਸੀਂ ਕਿਸੇ ਨਸ਼ੇ ਨੂੰ ਛੱਡਦੇ ਹਾਂ, ਠੀਕ ਹੈ, ਕੋਈ ਮੰਨ ਲਓ ਸ਼ਰਾਬ ਪੀਂਦਾ ਗਾ ਬਹੁਤ ਜ਼ਿਆਦਾ, ਜਦੋਂ ਉਹ ਸ਼ਰਾਬ ਨੂੰ ਛੱਡੂਗਾ ਤਾਂ ਉਹਨੂੰ ਜਿਹੜੀ ਵੀਕਨੈਸ ਮਹਿਸੂਸ ਹੁੰਦੀ ਹੈ, ਜਿੱਦਾਂ ਹੁਣ ਅਸੀਂ ਰੋਟੀਆਂ ਹਾਈ ਕਾਰਬ ਡਾਈਟ ਖਾ ਰਹੇ ਸੀਗੇ, ਠੀਕ ਹੈ ਨਾ, ਜਦੋਂ ਅਸੀਂ ਇੱਕੋਦਮ ਹਾਈ ਕਾਰਬ ਡਾਈਟ ਲੈਣੀ ਛੱਡ ਦਿੱਤੀ ਅਤੇ ਅਸੀਂ ਲੋਅ ਕਾਰਬ 'ਤੇ ਆ ਗਏ ਅਤੇ ਹਾਈ ਫੈਟ 'ਤੇ ਆ ਗਏ, ਤਾਂ ਇੱਕੋਦਮ ਸਾਡੀ ਬਾਡੀ ਸ਼ੌਕ ਦੇ ਵਿੱਚ ਜਾਂਦੀ ਹੈ, ਜਿਸ ਨੂੰ ਅਸੀਂ ਕੀਟੋ ਫਲੂ ਕਹਿੰਦੇ ਹਾਂ। ਸਾਡੀ ਬਾਡੀ ਉਸ ਟਾਈਮ 'ਤੇ ਕਨਫਿਊਜ਼ ਹੁੰਦੀ ਹੈ ਕਿ ਮੈਂ ਹੋ ਕੀ ਰਿਹਾ ਮੇਰੇ ਨਾਲ, ਠੀਕ ਹੈ। ਸੋ ਇਹ ਜਿਹੜੇ ਸਿੰਪਟਮ ਹੁੰਦੇ ਆ ਕੀਟੋ ਫਲੂ ਦੇ, 3-4 ਦਿਨ ਮੈਕਸੀਮਮ, ਹਫ਼ਤਾ ਕਹਿ ਲਓ, ਕਿਸੇ ਨੂੰ ਹਫ਼ਤਾ ਤੱਕ ਰੁਕਦਾ, ਨਹੀਂ ਤਾਂ 2-3 ਦਿਨ 4 ਦਿਨ ਹੀ ਰਹਿੰਦੇ ਹੁੰਦੇ ਆ। ਅਤੇ ਇਹ ਜ਼ਰੂਰੀ ਹੁੰਦੇ ਆ, ਇਹਦੇ ਨਾਲ ਸਾਨੂੰ ਪਤਾ ਲੱਗ ਜਾਂਦਾ ਕਿ ਮੈਂ ਬਿਲਕੁਲ ਸਹੀ ਤਰੀਕੇ ਨਾਲ ਕੀਟੋ ਡਾਈਟ ਨੂੰ ਫੋਲੋ ਕਰ ਰਿਹਾ। ਦੂਸਰਾ ਜਿਹੜਾ ਸਾਈਨ ਹੈਗਾ, ਉਹ ਸਾਈਨ ਹੈਗਾ ਵੇਟ ਲੋਸ, ਠੀਕ ਹੈ। ਕੀਟੋ ਫਲੂ ਤੋਂ ਬਾਅਦ ਸਾਨੂੰ ਇੱਕਦਮ ਸਾਡਾ ਸਰੀਰ ਜਿਹੜਾ ਗਾ, ਸਾਡਾ ਭਾਰ ਘਟਣਾ ਸ਼ੁਰੂ ਹੋਵੇਗਾ। ਇਸੇ ਕਰਕੇ ਮੈਂ ਕਿਹਾ ਕੀਟੋ ਫਲੂ ਹੋਣਾ ਬਹੁਤ ਜ਼ਰੂਰੀ ਹੈ, ਠੀਕ ਹੈ। ਸੋ ਜਦੋਂ ਕੀਟੋ ਫਲੂ ਸਾਡਾ ਖਤਮ ਹੋ ਜਾਵੇਗਾ, ਉਸ ਤੋਂ ਬਾਅਦ ਇੱਕੋਦਮ ਸਾਡਾ ਵੇਟ ਰਿਡਿਊਸ ਹੋਣਾ ਸ਼ੁਰੂ ਹੋਵੇਗਾ। ਸਾਡੀ ਬਾਡੀ ਦਾ ਜਿਹੜਾ ਐਕਸਟਰਾ ਫਲੂਇਡ ਇਕੱਠਾ ਹੁੰਦਾ, ਵਾਟਰ, ਜਿਹੜਾ ਗੰਦਾ ਪਾਣੀ, ਉਹ ਨਿਕਲਣਾ ਸ਼ੁਰੂ ਹੋ ਜਾਵੇਗਾ, ਠੀਕ ਹੈ। ਸੋ ਜਿਹੜਾ ਦੂਸਰਾ ਸਾਈਨ ਹੈ, ਬਹੁਤ ਹੀ ਗੁੱਡ ਸਾਈਨ ਹੈ ਜਿਹਦੇ ਕਰਕੇ ਅਸੀਂ ਕੀਟੋ ਡਾਈਟ ਸ਼ੁਰੂ ਕੀਤੀ ਹੈ, ਠੀਕ ਹੈ ਨਾ। ਸੋ ਇੱਕੋਦਮ ਤੁਹਾਡਾ ਵੇਟ ਰਿਡਿਊਸ ਹੋਣਾ ਸ਼ੁਰੂ ਹੋਵੇਗਾ। ਸੋ ਇਹ ਵੀ ਤੁਹਾਡਾ ਇੱਕ ਸਾਈਨ ਹੈਗਾ ਕਿ ਤੁਸੀਂ ਕੀਟੋ ਡਾਈਟ ਨੂੰ ਬਿਲਕੁਲ ਸਹੀ ਤਰੀਕੇ ਨਾਲ ਫੋਲੋ ਕਰ ਰਹੇ ਹਾਂ। ਸੋ ਤੀਸਰਾ ਸਾਈਨ ਹੈਗਾ ਜੀ ਡਾਇਜੈਸਟਿਵ ਇਸ਼ੂ। ਵੀ ਹੋ ਸਕਦਾ ਕਿਸੇ ਨੂੰ ਇਹ ਹੁੰਦਾ, ਕਿਸੇ ਨੂੰ ਨਹੀਂ ਹੁੰਦੇ,
ਇਹਦੇ ਵਿੱਚ ਸਾਡਾ ਪੇਟ 'ਚ ਗੜਬੜ ਹੋ ਸਕਦੀ ਹੈ, ਕਦੇ ਸਾਨੂੰ ਇਹਦੇ 'ਚ ਲੂਜ਼ ਮੋਸ਼ਨਸ ਵੀ ਇੱਕ ਅੱਧੀ ਵਾਰੀ ਲੱਗ ਸਕਦੀਆਂ, ਸਾਰਾ ਦਿਨ ਨਹੀਂ ਲੱਗਦੀਆਂ, ਇੱਕ ਜਾਂ ਦੋ ਵਾਰੀ ਮਤਲਬ ਪੇਟ ਦਰਦ ਹੋ ਕੇ ਤੁਹਾਨੂੰ ਲੂਜ਼ ਮੋਸ਼ਨ ਆ ਸਕਦੇ ਆ, ਜਾਂ ਫਿਰ ਤੁਹਾਨੂੰ ਕੌਨਸਟੀਪੇਸ਼ਨ, ਕਬਜ਼ ਜਿਹਨੂੰ ਕਹਿੰਦੇ ਆ, ਉਹ ਵੀ ਹੋ ਸਕਦੀ ਹੁੰਦੀ ਹੈ। ਇਹਦੇ ਦੋਵੇਂ ਰੀਜ਼ਨ ਹੁੰਦੇ ਆ ਜੀ, ਜਿਵੇਂ ਕਬਜ਼ ਹੁੰਦੀ ਹੈ ਕਿਉਂਕਿ ਸਾਡੀ ਬਾਡੀ ਉਸ ਟਾਈਮ ਪਾਣੀ ਨੂੰ ਛੱਡ ਰਹੀ ਹੁੰਦੀ ਆ, ਜਦੋਂ ਵੇਟ ਰਿਡਿਊਸ ਹੋ ਰਿਹਾ ਹੁੰਦਾ ਤਾਂ ਸਾਡੀ ਬਾਡੀ ਜਿਹੜਾ ਐਕਸਟਰਾ ਵਾਟਰ ਆ ਉਹ ਸਾਰਾ ਕੱਢ ਰਹੀ ਹੁੰਦੀ ਆ, ਤੇ ਬਾਡੀ ਡੀਹਾਈਡਰੇਟ ਵੀ ਹੋ ਰਹੀ ਹੁੰਦੀ ਆ। ਸੋ ਇਹਨੂੰ ਇਸ ਦਾ ਬਚਾਓ ਇਹ ਹੁੰਦਾ ਕਿ ਇਸ ਦੌਰਾਨ ਅਸੀਂ ਵੱਧ ਤੋਂ ਵੱਧ ਪਾਣੀ ਪੀਏ ਤੇ ਨਮਕ ਦੀਆਂ ਚੁੰਡੀਆਂ ਪਾ ਕੇ ਪਾਣੀ ਪੀਏ, ਤਾਂ ਇਹ ਵੀ ਚੀਜ਼ ਇੱਕ ਅੱਧਾ ਦਿਨ ਹੀ ਰਹਿੰਦੀ ਹੁੰਦੀ ਆ, ਉਸ ਤੋਂ ਜ਼ਿਆਦਾ ਨਹੀਂ ਰਹਿੰਦੀ। ਇਹ ਵੀ ਵੈਰੀ ਗੁੱਡ ਸਾਈਨ ਹੁੰਦਾ ਕਿ ਤੁਸੀਂ ਕੀਟੋ ਡਾਈਟ ਨੂੰ ਬਿਲਕੁਲ ਸਹੀ ਤਰੀਕੇ ਨਾਲ ਫੋਲੋ ਕਰ ਰਹੇ ਹੋ। ਕਬਜ਼ ਜਿਹੜੀ ਹੈਗੀ ਆ ਉਹਦੇ 'ਚ ਜਦੋਂ ਤੁਸੀਂ ਜ਼ਿਆਦਾ ਪਾਣੀ ਪੀਓਗੇ, ਜ਼ਿਆਦਾ ਸਲਾਦ ਖਾਣਾ ਸ਼ੁਰੂ ਕਰੋ, ਠੀਕ ਹੈ, ਜ਼ਿਆਦਾ ਫੈਟ ਲੈਣੀ ਸ਼ੁਰੂ ਕਰੋਗੇ, ਠੀਕ ਹੈ ਨਾ, ਸੋ ਉਹ ਚੀਜ਼ ਆਪੇ ਹੀ ਇੱਕ ਅੱਧੇ ਦਿਨ ਦੇ ਬਾਅਦ ਹਟ ਜਾਂਦੀ ਹੈ, ਠੀਕ ਹੈ, ਤਾਂ ਤੁਸੀਂ ਨੋਰਮਲ ਲਾਈਫ ਦੇ ਵਿੱਚ ਹੀ ਆ ਜਾਵੋਗੇ। ਸੋ ਇਹ ਵੀ ਇੱਕ ਸਾਈਨ ਹੈਗਾ ਕਿ ਤੁਸੀਂ ਕੀਟੋ ਡਾਈਟ ਨੂੰ ਬਿਲਕੁਲ ਸਹੀ ਤਰੀਕੇ ਨਾਲ ਫੋਲੋ ਕਰ ਰਹੇ ਹੋ। ਤੇ ਚੌਥਾ ਸਾਈਨ ਹੈਗਾ ਜੀ ਸਲੀਪ ਇਸ਼ੂਜ਼। ਸਲੀਪ ਕਈ ਵਾਰੀ ਇਦਾਂ ਹੁੰਦਾ, ਕੁਝ ਲੋਕਾਂ ਨੂੰ ਹੁੰਦਾ, ਕਿਸੇ ਨੂੰ ਨਹੀਂ ਹੁੰਦਾ। ਮੈਂ ਤੁਹਾਨੂੰ ਇਹ ਸਾਰੇ ਸਾਈਨਸ ਦੱਸ ਰਿਹਾ, ਕੁਝ ਨੂੰ ਦੋ ਸਾਈਨ ਹੀ ਹੋ ਸਕਦੇ, ਇਹਨਾਂ 'ਚੋਂ ਕੁਝ ਨੂੰ ਜ਼ਿਆਦਾ ਵੀ ਹੋ ਸਕਦੇ ਹੁੰਦੇ ਆ, ਮੀਨਸ ਕੁਝ ਨੂੰ ਸ਼ਾਇਦ ਹੋਣ ਹੀ ਨਾ, ਠੀਕ ਹੈ ਨਾ। ਸੋ ਇੱਕ ਸਲੀਪ ਦਾ ਵੀ ਪ੍ਰੋਬਲਮ ਆ ਸਕਦੀ ਹੈ, ਨੀਂਦ ਦੀ ਪ੍ਰੋਬਲਮ, ਠੀਕ ਹੈ। ਇਹ ਵੀ ਦੋ ਤਿੰਨ ਦਿਨ ਰਹਿੰਦੀ ਹੁੰਦੀ ਵੀ ਸਾਨੂੰ ਨੀਂਦ ਨਹੀਂ ਆਉਂਦੀਗੀ, ਠੀਕ ਹੈ, ਕਿਉਂਕਿ ਇਸ ਟਾਈਮ ਸਾਡੀ ਬਾਡੀ ਅਡਾਪਟ ਕਰ ਰਹੀ ਹੁੰਦੀ ਹੈ ਨਿਊ ਲਾਈਫ ਸਟਾਈਲ ਨੂੰ। ਇਸ ਕਰਕੇ ਸਾਡੀ ਬਾਡੀ ਉਸ ਟਾਈਮ ਆਪਣੇ ਜਿਹੜਾ ਫੈਟ ਅਡਾਪਸ਼ਨ, ਜਿਹੜੀ ਅਸੀਂ ਕਾਰਬਸ ਛੱਡੇ ਆ, ਹਾਈ ਸ਼ੂਗਰ ਖਾਣੀ ਛੱਡਤੀ, ਠੀਕ ਹੈ ਨਾ, ਸੋ ਉਹਦੇ ਕਰਕੇ ਸਾਡੀ ਬਾਡੀ ਕਨਫਿਊਜ਼ ਹੁੰਦੀ ਹੈ। ਇਸ ਕਰਕੇ ਸਾਨੂੰ ਇੱਕ ਦੋ ਦਿਨ ਇਹ ਜਿਹੜੇ ਸੌਣ ਵਾਲੀ ਪ੍ਰੋਬਲਮ ਇਹ ਵੀ ਆ ਸਕਦੀ ਹੁੰਦੀ ਆ। ਇਹ ਵੀ ਇੱਕ ਅੱਛਾ ਸਾਈਨ ਹੈਗਾ ਕਿ ਅਸੀਂ ਕੀਟੋ ਡਾਈਟ ਨੂੰ ਸਹੀ ਤਰੀਕੇ ਨਾਲ ਫੋਲੋ ਕਰ ਰਹੇ ਹਾਂ। ਪੰਜਵਾਂ ਸਾਈਨ ਜਿਹੜਾ ਹੈਗਾ ਜੀ ਉਹ ਹੈਗਾ ਬੈਡ ਬ੍ਰੈਥ। ਬੈਡ ਬ੍ਰੈਥ ਮੀਨਸ ਸਾਡੇ ਮੂੰਹ 'ਚੋਂ ਕੁਛ ਸਮੈਲ ਆਉਣੀ ਸ਼ੁਰੂ ਹੁੰਦੀ ਆ, ਜਿੱਦਾਂ ਅਸੀਂ ਬ੍ਰਸ਼ ਨਹੀਂ ਕੀਤਾ ਹੁੰਦਾ ਉਸ ਟਾਈਪ ਦੀ ਇੱਕ ਸਮੈਲ ਆਉਂਦੀ ਆ। ਇਹ ਸਮੈਲ ਆਉਣੀ ਵੀ ਅੱਛੀ ਗੱਲ ਹੁੰਦੀ ਆ ਕਿ ਅਸੀਂ ਕੀਟੋ ਡਾਈਟ ਨੂੰ ਸਹੀ ਤਰੀਕੇ ਨਾਲ ਫੋਲੋ ਕਰ ਰਹੇ ਹਾਂ। ਇਹ ਸਮੈਲ ਆਟੋਮੈਟਿਕਲੀ ਦੋ ਤਿੰਨ ਦਿਨਾਂ ਬਾਅਦ ਆਪਣੇ ਮੂੰਹ 'ਚੋਂ ਜਾਂ ਆਪਣੇ ਪਸੀਨੇ 'ਚੋਂ ਅਜੀਬ ਜਿਹੀ ਇੱਕ ਸਮੈਲ ਆਉਣੀ ਸ਼ੁਰੂ ਹੁੰਦੀ ਆ, ਉਹ ਇਸ ਕਰਕੇ ਕਿ ਸਾਡੀ ਬਾਡੀ ਜਿਹੜਾ ਗੰਦਮੰਦ ਹੁੰਦਾ ਉਹਨੂੰ ਸਾਰੀ ਚੀਜ਼ ਨੂੰ ਛੱਡ ਰਹੀ ਹੁੰਦੀ ਆ, ਉਹਦੇ ਤੋਂ ਸਾਰੀ ਨਜਾਤ ਪਾ ਰਹੀ ਹੁੰਦੀ ਹੈ ਵੀ ਇਹ ਚੀਜ਼ਾਂ ਗੰਦੀਆਂ ਜਿਹੜੀਆਂ ਮੇਰੇ ਅੰਦਰ ਨੇ ਉਹ ਸਾਰੇ ਪਸੀਨੇ 'ਚੋਂ ਤੇ ਮੂੰਹ ਦੇ ਵਿੱਚੋਂ ਸਮੈਲ ਜਿਹੜੀ ਅੰਦਰੋਂ ਜਿਹੜੇ ਸਾਡੇ ਗੱਟ, ਜਿਹੜਾ ਸਾਡਾ ਆਰਟਰੀਜ਼ ਤੇ ਸਾਡਾ ਮੇਦਾ, ਉਹਦੇ ਵਿੱਚ ਜੋ ਗੰਦਮੰਦ ਲਿਵਰ ਜੋ ਵੀ ਹੁੰਦਾ ਸਮੈਲ, ਉਹ ਇਸ ਕਰਕੇ ਬਾਡੀ ਦੇ ਅੰਦਰੋਂ ਸਮੈਲ ਨਿਕਲ ਰਹੀ ਹੁੰਦੀ ਹੈ। ਇਹ ਵੀ ਸਿੰਪਟਮ ਦੋ ਤਿੰਨ ਦਿਨ ਰਹਿੰਦਾ ਹੁੰਦਾ, ਇਹ ਵੀ ਬਹੁਤ ਹੀ ਅੱਛਾ ਸਿੰਪਟਮ ਹੈ ਕਿ ਤੁਸੀਂ ਕੀਟੋ ਡਾਈਟ ਨੂੰ ਬਿਲਕੁਲ ਸਹੀ ਤਰੀਕੇ ਨਾਲ ਫੋਲੋ ਕਰ ਰਹੇ ਹੋ। ਇਹਨਾਂ ਚੀਜ਼ਾਂ ਤੋਂ ਤੁਸੀਂ ਬਿਲਕੁਲ ਵੀ ਘਬਰਾਉਣਾ ਨਹੀਂ ਹੈਗਾ, ਇਹ ਸਭ ਨਾਲ ਹੁੰਦੀਆਂ ਹੈਗੀਆਂ, ਠੀਕ ਆ। ਸੋ ਇਹ ਸੀਗਾ ਜੀ ਆਪਣਾ ਪੰਜਵਾਂ ਪੁਆਇੰਟ। ਤੇ ਜੀ ਛੇਵਾਂ ਜਿਹੜਾ ਸਾਈਨ ਹੈਗਾ ਉਹ ਹੈਗਾ ਟਾਇਰਡਨੈਸ, ਜਿਹਨੂੰ ਅਸੀਂ ਕਹਿ ਸਕਦੇ ਹਾਂ ਕਿ ਥਕਾਵਟ। ਸਾਨੂੰ ਐਂ ਲੱਗਦਾ ਕਿ ਅਸੀਂ ਥੱਕੇ ਹੋਏ ਹਾਂ, ਸਾਡੀ ਪਰਫਾਰਮੈਂਸ ਜਿਹੜੀ ਨੋਰਮਲ ਰੂਟੀਨ ਵਰਕ ਅਸੀਂ ਜਿਵੇਂ ਕਰਦੇ ਹੁੰਦੇ ਹਾਂ ਉਹਦੇ ਵਿੱਚ ਤੁਹਾਨੂੰ ਐਂ ਲੱਗੇਗਾ ਵੀ ਮੈਨੂੰ ਸੁਸਤੀ ਮਹਿਸੂਸ ਹੋ ਰਹੀ ਹੈ, ਟਾਇਰਡਨੈਸ ਮਹਿਸੂਸ ਹੋ ਰਹੀ ਹੈ, ਠੀਕ ਹੈ। ਸੋ ਇਹ ਸਿੰਪਟਮ ਵੀ ਦੋ, ਮੈਕਸੀਮਮ ਦੋ ਜਾਂ ਤਿੰਨ ਦਿਨ ਹੀ ਰਹਿੰਦਾ ਹੁੰਦਾ, ਠੀਕ ਹੈ। ਇਹ ਵੀ ਬਹੁਤ ਅੱਛਾ ਸਿੰਪਟਮ ਹੈ, ਹੋ ਸਕਦਾ ਕਈਆਂ ਨੂੰ ਹੋਵੇ ਕਈਆਂ ਨੂੰ ਨਾ ਹੋਵੇ, ਪਰ ਜੇ ਹੁੰਦਾ ਹੈ ਤਾਂ ਬਹੁਤ ਅੱਛੀ ਗੱਲ ਹੁੰਦੀ ਹੈ ਕਿ ਇਹ ਅੱਛਾ ਸਾਈਨ ਹੁੰਦਾ ਕਿ ਤੁਸੀਂ ਕੀਟੋ ਡਾਈਟ ਨੂੰ ਬਿਲਕੁਲ ਸਹੀ ਤਰੀਕੇ ਨਾਲ ਫੋਲੋ ਕਰ ਰਹੇ ਹਾਂ। ਹੁਣ ਜਿਹੜੇ ਆ 6 ਸਾਈਨ ਮੈਂ ਤੁਹਾਨੂੰ ਦੱਸੇ ਆ ਕਿ ਤੁਸੀਂ ਇਸੇ 6 ਸਾਈਨਸ ਦੇ ਵਿੱਚੋਂ ਕੁਝ ਵੀ ਜੇ ਤੁਹਾਨੂੰ ਹੁੰਦਾ ਤਾਂ ਇਹਦਾ ਮਤਲਬ ਤੁਸੀਂ ਕੀਟੋ ਡਾਈਟ ਨੂੰ ਬਿਲਕੁਲ ਸਹੀ ਤਰੀਕੇ ਨਾਲ ਫੋਲੋ ਕਰ ਰਹੇ ਹਾਂ, ਠੀਕ ਆ। ਤਾਂ ਇਹ ਸਾਈਨਸ ਤੋਂ ਬਾਅਦ ਜਦੋਂ ਇਹ ਚੀਜ਼ਾਂ ਖਤਮ ਹੋ ਜਾਣਗੀਆਂ, ਦੋ ਤਿੰਨ ਦਿਨਾਂ ਤੋਂ ਬਾਅਦ ਜਦੋਂ ਇਹ ਕੀਟੋ ਫਲੂ ਚੱਲਿਆ ਜਾਵੇਗਾ, ਵੇਟ ਲਾਸ ਤੇ ਇਹ ਜਦੋਂ ਚੀਜ਼ਾਂ ਆਟੋਮੈਟਿਕਲੀ ਹੋ ਕੇ ਹਟ ਜਾਣਗੀਆਂ, ਉਸ ਤੋਂ ਬਾਅਦ ਜਿਹੜੇ ਇੱਕ ਨਵੀਂ ਦੁਨੀਆ 'ਚ ਜਿਹੜੀ ਤੁਸੀਂ ਕਦਮ ਰੱਖੋਗੇ ਉਹਦੇ ਵਿੱਚ ਕੀ ਹੋਊਗਾ ਕਿ ਤੁਹਾਡੀ ਭੁੱਖ ਖਤਮ ਹੋ ਜਾਊਗੀ, ਤੁਹਾਨੂੰ ਭੁੱਖ ਲੱਗਣੀ ਇੱਕੋਦਮ, ਤੁਹਾਡਾ ਖਿਆਲ ਹੀ ਭੁੱਖ ਵੱਲ ਜਾਣਾ ਬੰਦ ਹੋ ਜਾਊਗਾ, ਤੁਹਾਡਾ ਸਰੀਰ
स्विच हो जाऊगा, इधर जड़ी साड़ी इधरली चर्बी जमा हुई हुई है उन्हों खाना शुरू करूंगा, ठीक है ना। तो वो एक एदा गुड साइन होगा कि थोड़ा ओदे वाल ख्याल जाना बंद हो जाऊगा, जड़ी भुख थोड़ी हौली हौली घटनी शुरू हो जाऊगी, जो कि बहुत ही जबरदस्त साइन है। इसे चीज के दौरान ही थोड़ी बॉडी अपने आप नू रिपेयर करती है। जे तुसी किसी बीमारी तुहानू हैगी है, जिवें शुगर बीपी यह जियां कोई भी इश्यूज है, डिप्रेशन, लिवर, फैटी लिवर, वो जदों तुहाडी भुख घटनी शुरू हो जाती है उस टाइम तुहाडी बॉडी ऑटोमैटिकली आपदियां चीजां नू, उन्हां ऑर्गन्स नू, उन्हां बीमारियां नू रिपेयर करना शुरू कर देंदी है आपे ही, ठीक है ना। सो ये सब कुछ कीटोन्स करदियां हैगियां, ठीक है ना। सो ये जिहड़े वो सिम्टम्स तो बाद ये चीज़ शुरू हुंदी है। सब तो बेस्ट चीज़ जदों तुसीं कीटो डाइट नू सही तरीके नाल करोगे वो होगा एनर्जी। एनर्जी का लैवल तुहाडा 20 गुणा वध जूगा, तुहानू थकावट होनी बंद हो जूगी, ठीक है। फोकस्ड हो जाओगे तुसीं, जिहड़ी चीज़ सोचोगे एन टू द पॉइंट सोचोगे, ठीक है ना। कोई भी तुहाडा टारगेट होगा, तुहानू सुस्ती, तुहानू थकावट, ठीक है ना, तुहानू ये चीज़ां महसूस होनिया ही बंद हो जाएगियां, तुहाडे दिमाग दे विच्चों ही निकल जाएगियां, ठीक है ना। सो जदों ये चीज़ां होण लग गईयां, इहदा मतलब कि हुण तुसीं पिछे मुड़ के नहीं देखोगे, इहदा मतलब कि तुहाडी बॉडी नूं उही पुरानी याददाश्त वापस आ गई है, जिहड़ी असीं लखां करोड़ां साल तों जिवें साडा शरीर बणिया जो करदा आया सीगा, ठीक है ना। क्योंकि उस टाइम ते जिहड़ा आदि मानव हुंदा सी कई कई दिन भुखा रहि लैंदा सी जदों उहनूं शिकार नहीं मिलदा सीगा, ठीक है ना। वो इसे चीज़ां करके ही भुखा रहिंदा हुंदा सी, उहदी बॉडी कीटोन्स प्रोड्यूस करदी हुंदी सी क्योंकि वह सही फूड खाता सी, जिहड़े वो फूड खाता सी हाई फैट फूड खाता सी उहनूं लोंग टर्म एनर्जी दिंदे हुंदे सीगे, ठीक है ना। ग्रीनस खाता सी जिथों उहनूं वो हरा जिहड़ा खाता सीगा, जड़ां जुड़ां जो भी खाता सी पत्ते, ठीक है ना, जिथों उहनूं सारा न्यूट्रिशन मिलदा हुंदा सी। सो असी उसे ट्रैक ते पहुंच जावांगे, बैक टू द रूट्स, आपदियां जड़ां ते दोबारा तो असी पहुंच जावांगे जिथों साडी एक नवीं जिंदगी दी शुरुआत होवेगी, जिन्हों असी कीटो लाइफस्टाइल कहने हैं, ठीक है। सो ये जिहड़े साइंस हैगे आ ये होने जरूरी हुंदे आ जदों असी कीटो डाइट करदे हां, या असी तुसी दूसरियां होर भी डाइट्स करके देखे होणगे उन्हां दे जिहड़े इफेक्ट्स हुंदे आ, वो मैनू नहीं पता वो चंगे हुंदे आ या माड़े हुंदे आ, पर हरेक चीज़ जदों असी कोई चीज़ नवीं शुरू करते हैं तां उहदे गुड एंड बैड इफेक्ट्स हुंदे ही हुंदे आ। इदां ही कीटो डाइट भी है, इहदे सारे दे सारे जिन्ने इफेक्ट्स हैगे आ गुड ही है, उहनां नूं असी पॉजिटिव ही लैणा हैगा, ठीक है। जिन्ने भी इहदे साइंस होणगे, ठीक है ना, जिहड़े मैं दस्सते जिद्दां कीटो फ्लू हो गया, ये उहो जिहा फ्लू नहीं गा, इहनूं जिवें तुसीं समझणा कि एक तो दूजे नूं लग गया, छिक्कां लग गईआं, वो नहीं गा, ये सिम्टम हुंदे आ। सानूं कुछ पता लग रहा हुंदा कि असी कुछ करन जा रहे हैं, असी कुछ कर रहे हैं, असी कुछ नवा कर रहे हैं, आपकी बॉडी नूं कुछ नवा दे रहे हैं, ठीक है ना। ये वो वाले सिम्टम्स हुंदे आ, दो एक दिन, दो चार दिन रहिंदे हुंदे, किसी नूं 2 दिन रहिंदे, किसी नूं 1 दिन रहिंदा, किसी नूं 4 दिन रहिंदे आ, ठीक है। पर ये उस तो बाद जिहड़ी वो पड़ाव तो लंघण तो बाद जिहड़ी लाइफ शुरू हुंदी है ते उहदियां क्या बातां, ठीक है ना, उत्थों ही तुहानूं परमानेंट जिन्हों रिजल्ट कहने होंने हैं, ठीक है ना, वो मिलने तो शुरू होंगे, ठीक है। सो उम्मीद है तो ये मेरी जिहड़ा मेरा वीडियो है अच्छा लगा होएगा, जिहड़े कीटो दे साइंस हैगे कि आप कीटोसिस दे विच हैगे हैं, असी कीटो डाइट नू सही तरीके नाल फॉलो कर रहे हैं। सो जी यही कहिंदा होया मैं दिलमोहनजीत सिंह एक बारी फिर तो तुहाडा सब का धन्यवाद करता हाँ, अते उम्मीद करता हाँ कि तुसी इसे तरह मैनू कमेंट ते लाइक दिंदे रहोगे अते मैनू मोटिवेट करदे रहोगे ता जो मैं नवे नवे इन्फॉर्मेटिव वीडियोज़ रोज़ रोज़ तुहाडे वास्ते लैके आउंदा रहा। यही कहिंदा होया मैं दिलमोहनजीत सिंह कीटो पंजाबी, आप सब का धन्यवाद करता हाँ जी, सत श्री अकाल।